ਸੋ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਾਂ ਜਿਵੇਂ ਹੀ ਬਾਹਰ ਨਿਕਲਦੇ ਹਾਂ ਤਾਂ ਸੱਜੇ ਪਾਸੇ ਆ ਕੇ ਇਹ ਪਵਿੱਤਰ ਭੋਰਾ ਸਾਹਿਬ ਦੇ ਦਰਸ਼ਨ ਅਸੀਂ ਹੁਣ ਤੁਹਾਨੂੰ ਕਰਾਵਾਂਗੇ। ਸੋ ਇਹ ਐਂਟਰੀ ਹੈ ਭੋਰਾ ਸਾਹਿਬ ਦੀ। ਸੋ ਸਾਧ ਸੰਗਤ ਜੀ, ਦਰਸ਼ਨ ਕਰੋ ਭੋਰਾ ਸਾਹਿਬ ਦੇ, ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ 9 ਦਿਨ ਰੱਖਿਆ ਗਿਆ ਸੀ। ਸੋ ਬਹੁਤ ਹੀ ਠੰਡਾ ਸਥਾਨ ਹੈ, ਇਹ ਬਹੁਤ ਠੰਡਕ ਹੈ ਇੱਥੇ। ਸੋ ਬਾਹਰ ਇੰਨੀ ਗਰਮੀ ਹੈ ਪਰ ਅੰਦਰ ਆ ਕੇ ਇੰਨੀ ਠੰਡਕ ਹੈ ਸਾਧ ਸੰਗਤ ਜੀ, ਬਹੁਤ ਜ਼ਿਆਦਾ ਠੰਡਕ ਹੈ। ਔਰ ਨੀਚੇ ਫਰਸ਼ ਵੀ ਬਹੁਤ ਜ਼ਿਆਦਾ ਠੰਡਾ ਹੈ। ਸੋ ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ 9 ਦਿਨ ਰੱਖਿਆ ਗਿਆ ਸੀ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੂੰ ਹੋਰ ਕਿਆ ਕਰੇ। ਗੁਰੂ ਪਾਈਐ ਤਨ ਮਨ ਧਨ ਸਭ ਸੌਂਪ, ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੁਣਤੋ ਕਥੋ ਆਕਾਸ ਕਹਾਣੀ, ਜੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਲ ਏਸ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਦਿਨੈ ਕੀਤੀ ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਦਸੈ ਵਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੁਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਸ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੁਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾਇਆ ਪੂਜਾ ਨਹੀਂ। ਜੀਏ ਜਨ ਸਭ ਫਿਰ ਤੇਰਾ ਕਾਕੋ ਆਪ ਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਨਿੰਜਲ ਤੂੰ ਪਾਇਆ, ਕਹਿ ਨਾਨਕ ਤੁਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੂਰਜ ਦਾ ਤੂੰ ਜਨ ਅੰਮ੍ਰਿਤ ਗੁਰ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਸਾਇਆ। ਜੀਏ ਜਨ
ਵਿਸਮਾ ਆਪੁਰੂ।